ਸ੍ਰੀਕਾਲ ਸਾਰਿਆਂ ਨੂੰ, ਮੈਂ ਪੂਜਾ ਸਿੰਘ, ਨਿਊ ਇਮੇਜ ਇੰਸਟੀਚਿਊਟ ਐਂਡ ਕੰਸਲਟੈਂਸੀ ਤੋਂ। ਉਹ ਨਾਮ ਜਿਹੜਾ 2004 ਤੋਂ ਸੁਣਦੇ ਆ ਰਹੇ ਹੋ, ਉਹ ਨਾਮ ਜਿਹਦੇ 'ਤੇ ਤੁਹਾਨੂੰ ਵਿਸ਼ਵਾਸ ਬਣ ਚੁੱਕਿਆ ਹੈ, ਉਹ ਨਾਮ ਜਿਹਦੇ ਥਰੂ ਤੁਸੀਂ ਕੁਛ ਵੀ ਕਰਨ ਨੂੰ ਤਿਆਰ ਹੋ ਕਿ ਬਾਹਰ ਜਾਣਾ ਹੈ, ਸਕਿੱਲ ਪ੍ਰੋਗਰਾਮ ਕਰਨਾ ਹੈ, ਕੁਛ ਵੀ ਕਰਨਾ ਹੈ, ਮੈਮ ਸਾਡਾ ਬੱਚਾ ਤੁਹਾਡੇ ਕੋਲ ਸੁਰੱਖਿਅਤ ਹੈ। ਇਸ ਵਿਸ਼ਵਾਸ 'ਤੇ ਅਸੀਂ ਇੰਨੇ ਸਾਲ ਅਗਰ ਖਰੇ ਉਤਰੇ ਹਾਂ, ਉਮੀਦ ਕਰਦੇ ਹਾਂ ਕਿ ਅੱਗੇ ਵੀ ਅਸੀਂ ਤੁਹਾਡੇ ਨਾਲ ਇਸੀ ਤਰ੍ਹਾਂ ਸਾਥ ਦਿੰਦੇ ਰਹਾਂਗੇ। ਗੱਲ ਕਰਾਂਗੇ ਅੱਜ ਸਭ ਤੋਂ ਪਹਿਲੇ ਬਾਹਰ ਜਾਣ ਦੀ, ਕੈਨੇਡਾ ਜਾਣ ਦੀ ਗੱਲ ਕਰਾਂਗੀ, ਕਿਉਂਕਿ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਮੈਨੂੰ ਲੱਗਦਾ ਕੁਆਇਰੀਜ਼ ਜਿਹੜੀਆਂ ਹੈ ਕੈਨੇਡਾ ਜਾਣ ਦੀਆਂ ਹੈ। ਫਿਕਰ ਨਾ ਕਰੋ, ਕੋਵਿਡ ਆ ਗਿਆ, ਕੋਈ ਪ੍ਰੋਬਲਮ ਨਹੀਂ, ਫੀਸਾਂ ਘੱਟ ਹੋ ਗਈਆਂ ਨੇ। ਅੱਛੀ ਗੱਲਾਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਕਾਲਜ ਯੂਨੀਵਰਸਿਟੀਆਂ ਨੇ ਫੀਸ ਘੱਟ ਕਰ ਦਿੱਤੀ ਹੈ, ਬਾਹਰ ਜਾਣ ਦੇ ਰਸਤੇ ਜ਼ਿਆਦਾ ਖੁੱਲ੍ਹ ਗਏ ਨੇ। ਆਇਲਸ ਦਾ ਸਕੋਰ ਅਗਰ ਤੁਹਾਡਾ ਐਕਸਪਾਇਰ ਹੋ ਗਿਆ ਤਾਂ ਵੀ ਉਹਨਾਂ ਨੇ ਸਾਲ ਦੀ ਵੈਲਿਡਿਟੀ ਵਧਾ ਦਿੱਤੀ ਹੈ, ਚਿੰਤਾ ਨਾ ਕਰੋ, ਤੁਸੀਂ ਫਿਰ ਵੀ ਜਾ ਸਕਦੇ ਹੋ। ਵਰਕ ਪਰਮਿਟ 'ਤੇ ਜਾਣਾ ਚਾਹੁੰਦੇ ਹੋ, LMIA 'ਤੇ ਅਸੀਂ ਇੱਥੇ ਬੈਠੇ ਵੀ ਤੁਹਾਨੂੰ ਭੇਜ ਦੇਵਾਂਗੇ। ਅਗਰ ਤੁਹਾਡੇ ਕੋਲ ਮਲਟੀਪਲ ਵੀਜ਼ਾ ਹੈ, ਉੱਥੇ ਜਾ ਕੇ ਵੀ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ। ਵਿਦਆਊਟ ਆਇਲਸ 10ਵੀਂ ਕੀਤੀ ਹੈ, 12ਵੀਂ ਕੀਤੀ ਹੈ, ਵਰਕ ਪਰਮਿਟ 'ਤੇ ਜਾਣਾ ਹੈ ਤਾਂ ਸਾਨੂੰ ਇੱਕ ਵਾਰ ਜ਼ਰੂਰ ਆ ਕੇ ਮਿਲੋ। ਫੈਮਿਲੀ ਵੀਜ਼ਾ ਲੈਣਾ ਚਾਹੁੰਦੇ ਹੋ, ਵਿਜ਼ਟਰ ਵੀਜ਼ਾ ਲੈਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ PR ਪੁਆਇੰਟ ਬੇਸਿਸ 12ਵੀਂ ਪਾਸ ਹੋ, ਤੁਹਾਡਾ ਸਪਾਊਸ ਨੇ ਕੀ ਕੀਤਾ ਹੋਇਆ, ਸਕਿੱਲ ਪ੍ਰੋਗਰਾਮ ਦੇ ਅੰਡਰ ਹੋ, ਉਹਨਾਂ ਸਾਰਿਆਂ ਦੇ ਅਸੀਂ ਤੁਹਾਨੂੰ ਪੁਆਇੰਟਸ ਬਣਾ ਕੇ ਦੇਵਾਂਗੇ। ਜੇ ਤੁਹਾਡੇ ਪੁਆਇੰਟਸ ਪੂਰੇ ਹੋ ਜਾਂਦੇ ਹੈ ਤਾਂ ਤੁਸੀਂ ਇੱਥੇ ਬੈਠੇ ਆਪਣੀ PR ਲਗਾ ਸਕਦੇ ਹੋ। 7 ਤੋਂ 8 ਮਹੀਨੇ ਦੇ ਵਿੱਚ ਤੁਹਾਡਾ ਸ਼ਿਓਰਟੀ ਨਾਲ ਉਹ PR ਦਾ ਸਕਸੈਸਫੁਲ ਜਿਹੜਾ ਰੇਟ ਹੈਗਾ 100% ਹੈ ਸਾਡਾ, ਉਹ ਸਕਸੈਸਫੁਲੀ ਤੁਹਾਡੀ ਫਾਈਲ ਓਪਰੇਟ ਹੋ ਜਾਂਦੀ ਹੈ। ਅਗਰ ਜਾਣਾ ਚਾਹੁੰਦੇ ਹੋ ਸਟੱਡੀ ਬੇਸ 'ਤੇ, ਤਾਂ ਸਟੱਡੀ ਬੇਸ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ, 2002 ਵਾਲਾ, 4 ਵਾਲਾ, 5 ਬੈਂਡ ਹੈ, 5.5 ਬੈਂਡ ਹੈ, 100% ਅਸੀਂ ਗਰੰਟੀ ਲੈਂਦੇ ਹਾਂ ਕਾਲਜ ਜਾਣ ਦੀ। ਕਾਲਜ ਹੋਣ, ਯੂਨੀਵਰਸਿਟੀ ਹੋਣ, ਕੈਨੇਡਾ ਤੁਹਾਨੂੰ ਅਸੀਂ ਇੱਥੋਂ ਕਿਤੇ ਨਾ ਕਿਤੇ ਮੂਵ ਕਰਾਵਾਂਗੇ, ਲੀਗਲੀ ਵੇ ਨਾਲ ਕਰਾਵਾਂਗੇ। ਫੀਸ ਜਿਹੜੀ ਹੈ ਸਾਰੀ ਬਾਅਦ ਵਿੱਚ ਲਵਾਂਗੇ ਕਾਲਜ ਦੀ, ਪਹਿਲਾਂ ਤੁਸੀਂ ਫੀਸ ਨਹੀਂ ਦੇਣੀ, ਕਿਉਂਕਿ ਫੀਸ ਪਹਿਲਾਂ ਤੁਸੀਂ ਦੇ ਦਿੰਦੇ ਹੋ ਤਾਂ ਤੁਹਾਡੇ ਚੱਕਰ ਲੱਗਣੇ ਸ਼ੁਰੂ ਹੋ ਜਾਂਦੇ ਆ ਇਮੀਗ੍ਰੇਸ਼ਨ 'ਤੇ, ਜਿਹੜਾ ਇਮੀਗ੍ਰੇਸ਼ਨ ਵਾਲਾ ਕਹਿ ਦਿੰਦਾ ਕਿ ਫੀਸ ਸਾਰੀ ਵੀਜ਼ੇ ਤੋਂ ਬਾਅਦ ਲੈਣੀ ਹੈ, ਦੈਟ ਮੀਨਸ ਉਹਨੇ ਆਪਣੀ ਮਿਹਨਤ ਕਰਨੀ ਹੈ ਤੁਹਾਡਾ ਵੀਜ਼ਾ ਲਗਾਉਣ ਲਈ, ਇਹ ਗੱਲ ਦਿਮਾਗ ਵਿੱਚ ਰੱਖੋ। ਯੂਰਪ ਜਾਣਾ ਚਾਹੁੰਦੇ ਹੋ, ਯੂਰਪ ਦੇ ਸਾਰੇ ਵੀਜ਼ੇ ਓਪਨ ਹੈ, ਵਰਕ ਪਰਮਿਟ ਮੇਰੇ ਕੋਲ ਪੋਲੈਂਡ ਦੇ ਵੀ ਹੈ, ਇਸ ਵਕਤ ਬਹੁਤ ਸੇ ਸ਼ੈਨੇਗਨ ਵੀਜ਼ਾ ਵੀ ਹੈ ਜਿੱਥੇ ਜਾ ਕੇ ਤੁਸੀਂ 2 ਸਾਲ ਦਾ ਵਰਕ ਪਰਮਿਟ ਕਰ ਸਕਦੇ ਹੋ ਅੰਡਰ ਸਕਿੱਲ ਪ੍ਰੋਗਰਾਮ, ਅੰਡਰ ਡਰਾਈਵਰੀ, ਇਹ ਬਹੁਤ ਸੇ ਪ੍ਰੋਗਰਾਮ ਆਏ ਹੈ, ਕੋਵਿਡ ਦੇ ਵਿੱਚ ਹੀ ਤੁਹਾਨੂੰ ਸਕਸੈਸਫੁਲੀ ਅਸੀਂ ਭੇਜਾਂਗੇ। UK ਜਾਣਾ ਚਾਹੁੰਦੇ ਹੋ, ਰੋਜ਼ ਦੇ 1-2 ਵੀਜ਼ੇ ਆ ਰਹੇ ਹੈ, UK ਬੜਾ ਸਕਸੈਸਫੁਲ ਰੇਟ ਹੈ ਇਸ ਵਕਤ ਯੂਨੀਵਰਸਿਟੀਆਂ ਵਿੱਚ, ਉੱਥੇ ਕੋਈ ਕਾਲਜ ਨਹੀਂ ਹੈ, ਤੁਸੀਂ UK ਸਿੱਧਾ ਯੂਨੀਵਰਸਿਟੀ ਪੜ੍ਹਨ ਜਾਣਾ ਹੈ, ਉੱਥੇ ਤੁਹਾਨੂੰ 2 ਸਾਲ ਦਾ ਲੀਗਲੀ ਵਰਕ ਪਰਮਿਟ ਮਿਲਣਾ ਹੈ। ਪਹਿਲਾਂ ਕੀ ਹੁੰਦਾ ਸੀ, ਲੋਕ ਕਾਲਜਾਂ ਜਾਂਦੇ ਸੀ, ਕਾਲਜ ਬੰਦ ਹੋ ਜਾਂਦੇ ਹੋ ਸੀ, ਹੁਣ ਇਹ ਸਾਰਾ ਕੰਮ ਖਤਮ ਹੋ ਗਿਆ, ਹੁਣ ਤੁਸੀਂ ਲੀਗਲੀ ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚ ਜਾਣਾ ਹੈ, ਔਰ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਲੈਣਾ ਹੈ। ਉੱਥੋਂ ਕਮਾ ਕੇ ਫਿਰ ਬੰਦਾ ਕਹਿੰਦਾ ਮੈਂ ਕਿੱਦਾਂ ਸੈਟਲ ਹੋਊਂਗਾ, ਹੁਣ ਇਹ ਸਾਰੀਆਂ ਚੀਜ਼ਾਂ ਯੂਰਪ ਨੇ ਬਹੁਤ ਈਜ਼ੀ ਕਰ ਦਿੱਤੀਆਂ। ਇਸ ਲਈ ਯੂਰਪ ਜਾਣ ਦੀ ਕੋਈ ਕੁਐਰੀ ਹੈ, ਕੈਨੇਡਾ ਜਾਣ ਦੀ ਕੁਐਰੀ ਹੈ, ਆਸਟ੍ਰੇਲੀਆ ਜਾਣ ਦੀ ਹੈ, US ਜਾਣਾ ਚਾਹੁੰਦੇ ਹੋ, US ਦਾ 10 ਸਾਲ ਦਾ ਵੀਜ਼ਾ ਲੈਣਾ ਚਾਹੁੰਦੇ ਹੋ, ਤਾਂ ਇਹ ਸਾਰੀਆਂ ਕੁਆਇਰੀਜ਼ ਲਈ ਤੁਸੀਂ ਆ ਸਕਦੇ ਹੋ ਨਿਊ ਇਮੇਜ ਇੰਸਟੀਚਿਊਟ ਐਂਡ ਕੰਸਲਟੈਂਸੀ। ਸਾਡਾ ਫੋਨ ਨੰਬਰ ਇੱਕ ਵਾਰ ਨੋਟ ਕਰ ਲਓ, 9914655557। ਅਗਰ ਤੁਹਾਨੂੰ ਲੱਗਦਾ ਕਿ ਉੱਥੇ ਜਾ ਕੇ ਕੀ ਕਰਾਂਗੇ, ਤਾਂ ਤੁਹਾਨੂੰ ਪਤਾ ਨਿਊ ਇਮੇਜ ਜਿਹੜੇ ਨਾਮ ਨਾਲ ਸਭ ਤੋਂ ਜ਼ਿਆਦਾ ਜਾਣਿਆ ਜਾਂਦਾ, ਉਹ ਹੈ ਸਕਿੱਲਡ ਪ੍ਰੋਗਰਾਮ। ਕੁਕਿੰਗ ਕਰਕੇ ਜਾ ਸਕਦੇ ਹੋ, ਉੱਥੇ ਆਰਾਮ ਨਾਲ ਵਰਕ ਪਰਮਿਟ ਮਿਲ ਜਾਏਗਾ। ਬਿਊਟੀ ਦਾ ਕੋਰਸ ਕਰਕੇ ਜਾ ਸਕਦੇ ਹੋ, ਅਸੀਂ ਗਰੰਟੀ ਲੈਂਦੇ ਤੁਹਾਨੂੰ ਉੱਥੇ ਜਾ ਕੇ 6 ਹਫ਼ਤਿਆਂ ਦੇ ਵਿੱਚ ਵਰਕ ਪਰਮਿਟ ਦੇਣ ਦੀ। ਸਾਡਾ ਹੀ ਲੋਇਰ ਕਰੇਗਾ, ਤੁਹਾਨੂੰ ਸਭ ਕੁਝ ਕਰਾ ਕੇ ਦੇਵੇਗਾ, 2 ਸਾਲ ਦੇ ਵਿੱਚ ਤੁਹਾਡਾ PR ਅਪਲਾਈ ਕਰਾ ਕੇ ਦੇਵਾਂਗੇ। ਹੋਸਪਿਟੈਲਿਟੀ ਵਿੱਚ ਜਾਣਾ ਚਾਹੁੰਦੇ ਹੋ, ਬਾਰ ਟੈਂਡਿੰਗ ਵਿੱਚ ਜਾਣਾ ਚਾਹੁੰਦੇ ਹੋ, ਬਹੁਤ ਸਾਰੇ ਐਸੇ ਪ੍ਰੋਗਰਾਮ ਹੈ ਜਿਹੜੇ ਕਿ ਇੱਕੋ ਹੀ ਛੱਤ ਦੇ ਨੀਚੇ ਤੁਹਾਨੂੰ ਮਿਲਣਗੇ। ਆਇਲਸ ਵੀ ਤੁਹਾਨੂੰ ਨਾਲ ਕਰਾਈ ਜਾਏਗੀ, ਉਹ ਵੀ ਆਇਲਸ ਟੀਚਰ ਜਿਹੜੇ ਹੈਗੇ ਗੋਲਡ ਮੈਡਲਿਸਟ ਹੈ। 3-3 ਬੱਚਿਆਂ ਨੂੰ ਪਰਸਨਲੀ ਇਸ ਤਰ੍ਹਾਂ ਕਰਾਇਆ ਜਾਂਦਾ ਕਿ ਤੁਹਾਡੇ 1000 ਰੁਪਈਆ ਅਸੀਂ ਵੇਸਟ ਨਾ ਕਰੀਏ, ਐਗਜ਼ਾਮ ਉਦੋਂ ਹੀ ਦਵਾਏ ਜਾਂਦੇ ਜਦੋਂ ਤੁਸੀਂ ਪੂਰੇ ਟ੍ਰੇਨਡ ਹੋ ਜਾਓ। ਅਤੇ ਕਹਿਣ ਦਾ ਮਤਲਬ ਹੈ ਕਿ ਤੁਸੀਂ 10ਵੀਂ ਹੋ, 12ਵੀਂ ਹੋ, 30 ਸਾਲ ਦੇ ਹੋ, 40 ਸਾਲ ਦੇ ਹੋ, 50 ਸਾਲ ਦੇ ਹੋ, ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਵੀਜ਼ਾ ਰਿਲੇਟਡ ਕੁਆਇਰੀ ਹੈ, ਮੈਂ ਤੁਹਾਨੂੰ ਖੁਦ ਇੱਥੇ ਆ ਕੇ ਮਿਲਾਂਗੀ। ਤੁਸੀਂ ਜਦੋਂ ਵੀ ਆਉਣਾ ਚਾਹੁੰਦੇ ਹੋ ਸਾਡੇ ਇੱਥੇ ਆਫਿਸ ਵਿੱਚ ਆਓ, ਨਿਊ ਇਮੇਜ ਇੰਸਟੀਚਿਊਟ ਐਂਡ ਕੰਸਲਟੈਂਸੀ। ਸਾਡਾ ਫੋਨ ਨੰਬਰ ਇੱਕ ਵਾਰ ਜ਼ਰੂਰ ਨੋਟ ਕਰ ਲਓ ਤਾਂ ਕਿ ਤੁਸੀਂ ਹੁਣੇ ਸਾਨੂੰ ਕਾਲ ਕਰਕੇ ਆਪਣਾ ਅਪੋਇੰਟਮੈਂਟ ਲੈ ਸਕੋ। 9914655557। ਥੈਂਕ ਯੂ ਸੋ ਮਚ।